ਦਾ ਸ਼ਬਦ ਫਿਰ ਦੇਖੋ ਸਰਗਮ ਵਿੱਚ ਸੇਵਕ ਕੀ ਅਰਦਾਸ ਪਿਆਰੀ ਸੇਵਕ ਕੀ ਅਰਦਾਸ ਪਿਆਰੀ ਜਪ ਜੀਵਾ ਪ੍ਰਭੂ ਚਰਣ ਤੁਮਾਰੇ ਜਪ ਜੀਵਾ ਪ੍ਰਭੂ ਚਰਣ ਤੁਮਾਰੇ ਸੇਵਕ ਕੀ ਅਰਦਾਸ ਪਿਆਰੀ ਦੇਖੋ ਇਹ ਸਰਗਮ ਮਾਮਾ ਪਾਪਾ ਧਾ 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 ਮਾਮਾ ਪਾਪਾ ਮਾਮਾ ਮਾ ਪ੍ਰੈਸ ਕਰਕੇ ਇੱਕ ਵਾਰੀ ਰੱਖ ਸਕਦੇ ਹੋ ਬੋਲ ਦੋ ਵਾਰੀ ਸਕਦੇ ਹੋ ਮਾਮਾ ਪਾਪਾ ਧਾ 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 ਮਾਮਾ ਪਾਪਾ ਮਾਮਾ ਮਾ ਸਾਸਾ ਨੀ ਨੀ ਧਾ 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 ਮਾਮਾ ਪਾਪਾ ਮਾਮਾ ਮਾ ਸਾਸਾ ਨੀ ਨੀ ਧਾ 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 ਮਾਮਾ ਪਾਪਾ ਮਾਮਾ ਮਾ ਠੀਕ ਹੈ ਇਸ ਸਥਾਈ ਹੁਣ ਅੰਤਰਾ ਦੇਖੋ ਤੋਬੇ ਅੰਤ ਕੋ ਵੀਰਲਾ ਜਾਣੇ ਤੋਬੇ ਅੰਤ ਕੋ ਵੀਰਲਾ ਜਾਣੇ ਪੂਰੇ ਪਰਸਾਦ ਕੋ ਸ਼ਬਦ ਪਛਾਣੇ ਦੇਖੋ ਅੰਤਰੀ ਦੀ ਸਰਗਮ ਸਾਸਾ ਨੀ ਨੀ ਧਾ 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 ਸਾਸਾ ਨੀ ਨੀ ਧਾ 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 ਤੋਬੇ ਅੰਤ ਕੋ ਵੀਰਲਾ ਜਾਣੇ ਫਿਰ ਸਾਈ ਦੀ ਸੁਰ ਤੇ ਅਗਲੀ ਦਿਨ ਗੁਰੇ ਪਰਸਾਦ ਕੋ ਸ਼ਬਦ ਪਛਾਣੇ ਮਾਮਾ ਪਾਪਾ ਧਾ 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 ਮਾਮਾ ਪਾਪਾ ਮਾਮਾ ਮਾ ਗੁਰੇ ਪਰਸਾਦ ਕੋ ਸ਼ਬਦ ਪਛਾਣੇ ਫਿਰ ਸਾਈ ਪਹਿਲੀ ਲੈਣ ਤੇ ਜਾਵਾਂਗੇ ਸੇਵਕ ਕੀ